ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਜਥੇਬੰਦੀਆਂ ਵੱਲੋਂ ਇੱਥੇ 22 ਤਰੀਕ ਨੂੰ ਰੋਸ ਧਰਨਾ ਲਾਇਆ ਗਿਆ ਸੀ ਬੁੱਤਾਂ ਨੂੰ ਹਟਾਉਣ ਦੇ ਸੰਬੰਧ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਤੱਕ ਆਵਾਜ਼ ਗਈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਨੇ ਸੰਦੇਸ਼ ਕੀਤਾ, 3 ਮੈਂਬਰੀ ਕਮੇਟੀ ਬਣਾਈ ਗਈ, CM ਸਾਹਿਬ ਤੱਕ ਗੱਲ ਗਈ। CM ਸਾਹਿਬ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਦੇ ਸੰਦੇਸ਼ ਨੂੰ ਮੰਨਦਿਆਂ ਹੋਇਆਂ ਆਰਡਰ ਕਰ ਦਿੱਤੇ 28 ਤਰੀਕ ਦੀ ਰਾਤ ਨੂੰ, ਅਤੇ 29 ਤਰੀਕ ਨੂੰ ਆਰਡਰ ਆ ਗਏ ਕਿ ਇੱਥੋਂ ਬੁੱਤ ਹਟਾ ਕੇ ਹੋਰ ਜਗ੍ਹਾ 'ਤੇ ਲਿਜਾਏ ਜਾਣ ਅਤੇ ਪਰਚਾ ਰੱਦ ਕੀਤਾ ਜਾਵੇ। ਪਰਚਾ ਵੀ ਰੱਦ ਕੀਤਾ ਗਿਆ ਵਾ ਅਤੇ ਬੁੱਤ ਵੀ ਚੁੱਕ ਕੇ ਇੱਥੋਂ ਜਿਹੜੇ ਉਹ ਲੈ ਜਾ ਰਹੇ ਨੇ। ਅਤੇ ਅਸੀਂ CM ਸਾਹਿਬ ਦਾ ਧੰਨਵਾਦ ਕਰਦੇ ਹਾਂ, ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸੰਯੋਗ ਦਿੱਤਾ ਅਤੇ ਅਰਦਾਸਾਂ ਕੀਤੀਆਂ। ਇੱਥੇ ਲੰਗਰ ਵੀ ਲਾਏ ਗਏ, ਜਲ ਪਾਣੀ ਦੀਆਂ ਸੇਵਾਵਾਂ ਵੀ ਕੀਤੀਆਂ ਗਈਆਂ। ਕਿਸੇ ਨੇ ਕਿਸੇ ਪ੍ਰਕਾਰ ਦੀ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਹਾਂ ਅਤੇ ਜਥੇਦਾਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵੇਖੋ ਜਥੇਦਾਰ ਸਾਹਿਬ ਜੀ ਕਿੰਨੀ ਤੁਹਾਡੇ ਕੋਲ ਪਾਵਰ ਵਾ, ਜੇ ਤੁਸੀਂ ਵਰਤੋਗੇ ਤਾਂ ਵਰਤਦੇ ਰਹੋ ਅਤੇ ਕੌਮ ਤੁਹਾਡੇ ਨਾਲ ਖੜੀ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 2 ਬੁੱਤ ਅਖਾੜੇ ਗਏ, ਸਵੇਰ ਤੋਂ 8 ਵਜੇ ਤੋਂ ਸਾਡੇ ਬੰਦੇ ਲੱਗੇ ਸੀ ਲੇਬਰ ਦੇ। ਇਹਦੀ ਡਿਗਿੰਗ ਕਰਨ 'ਚ ਥੋੜ੍ਹੀ ਦਿੱਕਤ ਆ ਰਹੀ ਹੈ ਕਿ ਕਾਫੀ ਹਾਰਡ ਡਿਗਿੰਗ ਹੈ, ਬਹੁਤ ਮਜ਼ਬੂਤੀ ਨਾਲ ਲਗਾਏ ਹੋਏ ਸੀ ਔਰ 2 ਜਾਂ 3 ਦਿਨ ਦੇ ਵਿੱਚ ਇਹ ਬੁੱਤ ਸਾਰੇ ਇੱਥੋਂ ਉਖਾੜ ਲਏ ਜਾਣਗੇ। ਇਹ ਗੋਬਿੰਦਗੜ੍ਹ ਕਿਲ੍ਹਾ ਜਿਹੜਾ ਹੈ ਉੱਥੇ ਜਾ ਰਹੇ ਨੇ ਹਜੇ ਅਤੇ ਫਿਲਹਾਲ, ਫਿਰ ਉੱਥੇ ਪਤਾ ਨਹੀਂ ਕਿੱਥੇ ਸਰਕਾਰ ਅੱਗੇ ਐਡਜਸਟ ਕਰਾਉਂਦੀ ਇਹਨਾਂ ਨੂੰ, ਉਹ ਸਰਕਾਰ ਦੇ ਅੱਗੇ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।